ਸੱਚੇ ਗੱਲ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੋੜਾ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਬਣੀ ਆ ਉਹਦੋਂ ਤੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਬੜੇ ਪਿਆਰ ਦੇ ਨਾਲ ਆਰਾਮ ਦੇ ਨਾਲ ਤਰੀਕੇ ਦੇ ਨਾਲ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕੁਝ ਜਿਹੜੇ ਸੁਧਾਰ ਨੇ ਉਹ ਦੇਖ ਰਹੇ ਨੇ ਆਮ ਲੋਕ ਜਿਹੜੇ ਨੇ ਉਹ ਮਹਿਸੂਸ ਕਰ ਰਹੇ ਨੇ ਪਰ ਸ਼ਿਕਾਇਤਾਂ ਦਾ ਦੌਰ ਵੀ ਜਾਰੀ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਨੰਬਰ ਜਾਰੀ ਕੀਤਾ ਗਿਆ ਸੀ ਜਿਸ ਤੇ ਕਿਹਾ ਗਿਆ ਸੀ ਕਿ ਇਹ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਹੈ ਤੇ ਇਸ ਦੇ ਉੱਤੇ ਤੁਸੀਂ ਆਪਣੀਆਂ ਸ਼ਿਕਾਇਤਾਂ ਦਰਜ ਕਰਾ ਸਕਦੇ ਹੋ WhatsApp ਦੇ ਉੱਤੇ ਵੀਡੀਓ ਬਣਾ ਕੇ ਜੜੀ ਹੈ ਭੇਜ ਸਕਦੇ ਹੋ ਜੇ ਕੋਈ ਆਡੀਓ ਹੈ ਤਾਂ ਉਹ ਭੇਜ ਸਕਦੇ ਹੋ ਸੋ ਉਸੇ ਦਾ ਦੌਰ ਜਾਰੀ ਹੈ ਤੇ ਹੁਣ ਇੱਕ ਥਾਣੇਦਾਰ ਦੇ ਖਿਲਾਫ ਜਿਹੜੀ ਸ਼ਿਕਾਇਤ ਹੈ ਉਹ ਸਾਹਮਣੇ ਆਈ ਹੈ ਜਿਸ ਦੀ ਕਿ ਆਡੀਓ ਵੀ ਸਾਹਮਣੇ ਆ ਚੁੱਕੀ ਹੈ ਵਾਇਰਲ ਹੋ ਰਹੀ ਹੈ ਇਸ ਵੇਲੇ ਇਹ ਵੀ ਕਹਿ ਸਕਦੇ ਆ ਦੱਸ ਦਈਏ ਤੁਹਾਨੂੰ ਕਿ ਇੱਕ ਥਾਣੇਦਾਰ ਵੱਲੋਂ ਦੀ ਇੱਕ ਇਨਸਾਨ ਨੂੰ ਇੱਕ ਵਿਅਕਤੀ ਨੂੰ ਧਮਕਾਇਆ ਜਾ ਰਿਹਾ ਹੈ ਉਸ ਤੋਂ ਰਿਸ਼ਵਤ ਸ਼ਰਿਆ ਮੰਗੀ ਜਾ ਰਹੀ ਹੈ ਆਸ-ਪਾਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਵੀ ਫੋਨ ਕਰਵਾ ਕੇ ਰਿਸ਼ਵਤ ਮੰਗੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਦੀ ਜਿਹੜੀ ਮਾਤਾ ਸੀ ਉਸ ਦੇ ਉੱਪਰ ਕੁਝ ਕੇਸ ਦਰਜ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਬੇਲ ਮਿਲ ਗਈ ਬੇਲ ਮਿਲਣ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਰਿਸ਼ਵਤ ਦੇ ਲਈ ਸੋ ਰਿਸ਼ਵਤ ਉਹਨਾਂ ਤੋਂ ਸ਼ਰਿਆ ਮੰਗੀ ਜਾ ਰਹੀ ਹੈ ਜਿਸ ਤੋਂ ਬਾਅਦ ਕਿ ਥਾਣੇਦਾਰ ਦੇ ਵਿੱਚ ਤੇ ਉਸ ਵਿਅਕਤੀ ਦੇ ਵਿੱਚ ਤਿੱਖੀ ਬਹਿਸ ਵੀ ਨਜ਼ਰ ਆਉਂਦੀ ਹੈ ਜਿੱਥੇ ਕਿ ਕਿਹਾ ਜਾਂਦਾ ਹੈ ਕਿ ਜੇਕਰ ਰਿਸ਼ਵਤ ਸਾਨੂੰ ਨਾ ਦਿੱਤੀ ਤਾਂ ਤੁਹਾਡੇ ਉੱਪਰ ਪਰਚਾ ਦਰਜ ਕਰਾਂਗੇ ਨਾਲ ਹੀ ਇਹ ਵੀ ਕਿਹਾ ਉਹਨਾਂ ਦੇ ਉੱਤੇ ਵੀ ਅਸੀਂ ਪਰਚਾ ਦਰਜ ਕਰਾਂਗੇ ਮਤਲਬ ਕਿ ਜੇ ਰਿਸ਼ਵਤ ਨਾ ਦਿੱਤੀ ਤਾਂ ਝੂਠੇ ਪਰਚੇ ਕਰਨ ਦੀ ਧਮਕੀਆਂ ਥਾਣੇਦਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਇਹ ਆਡੀਓ ਜਿਹੜੀ ਹੈ ਸਾਹਮਣੇ ਆਈ ਹੈ ਜੋ ਕਿ ਭਗਵੰਤਮਾਨ ਵੱਲੋਂ ਦੀ ਨੰਬਰ ਜਾਰੀ ਕੀਤਾ ਗਿਆ ਸੀ ਹੈਲਪਲਾਈਨ ਉਸ ਦੇ ਉੱਤੇ ਜਿਹੜੀ ਇਹ ਭੇਜੀ ਗਈ ਸੀ ਤੁਹਾਨੂੰ ਵੀ ਸੁਣਾਉਣੀ ਆ ਕਿ ਉਹ ਕਿਹੜੀ ਆਡੀਓ ਹੈ ਜਾਂ ਕੀ ਕੁਝ ਕਹਿ ਰਿਹਾ ਥਾਣੇਦਾਰ ਕਿਸ ਤਰੀਕੇ ਦੇ ਨਾਲ ਉਸ ਵਿਅਕਤੀ ਨੂੰ ਧਮਕਾਇਆ ਜਾ ਰਿਹਾ ਹੈ ਫੌਜੀ ਸਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਫੌਜੀ ਸਾਹ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਫੌਜੀ ਆ ਤੇਰੇ ਤੇਰੇ ਚੱਕਰਾਂ ਨੇ ਅਗੇ ਉਹ ਚਲੋ ਬਹੁਤ ਮਿਹਰਬਾਨੀ ਜੀ ਆਹੋ ਤੇ ਉਹ ਉਹ ਥਾਣੇਦਾਰ ਬੜਾ ਇਤਰਾਜ ਕਰਨ ਰਿਹਾ ਕਹਿੰਦਾ ਤੇਰੀ ਮਾਂ ਦੀ ਜਮਾਨਤ ਹੋ ਕੇ ਆਈ ਸੀ ਜੀ ਹਾਂਜੀ ਹਾਂਜੀ ਤੇ ਉਹਨੂੰ ਕੋਈ ਦੇ ਦੂਗੇ ਨਹੀਂ ਕਿ ਰੁਪਇਆ 500 ਦਿੰਦੇ ਆ ਉਹ ਰੁਪਇਆ 500 ਵਾਲੀ ਥੋੜੀ ਗੱਲ ਐ ਚਲ ਦੱਸੋ ਕੋਈ ਹੈ ਕੋਈ ਗੱਲ ਨਹੀਂ ਦੱਸੋ ਕੰਮ ਕਰੋ ਤੁਸੀਂ ਦਾਦਾ ਨੀਗਾ ਹਾਂਜੀ ਹਾਂਜੀ ਤੋ ਤੂੰ ਉਹ ਜਦੋਂ ਹੋਰ ਹੀ ਕਹਿੰਦਾ ਕਹਿੰਦਾ ਇਹਦੇ ਮੈਂ ਆਪਣ ਨੂੰ ਹੀ ਨੂ ਹੀ ਨਾਮਜ਼ਦ ਕਰ ਦੇਣਾ 120 'ਚ 20 'ਚ ਅੱਛਾ ਥਾਣੇਦਾਰ ਸਾਹਿਬ ਕਹਿੰਦੇ ਆ ਆਹ ਪਰ ਉਹਨਾਂ ਦਾ ਕੀ ਕਸੂਰ ਉਹਨਾਂ ਜਾਣ ਕੇ ਅੱਗੇ ਸੇ ਪਰਦਾ ਇੱਕ ਤਾਂ ਨਾਜਾਇਜ਼ ਕਰਤਾ ਸਾਡੇ ਦੇ ਤੇ ਹੁਣ ਜਵਾਦੇ ਪਾਸ ਹੁਣ ਜਿਹੜੀ ਤੈਨੂੰ ਗੱਲ ਕੀਤੀ ਜਦੋਂ ਤੁਸੀਂ ਆ ਜਾਂਦੀ ਹੈ ਨਾ ਹੱਥ 'ਚ ਹਾਂਜੀ ਤੇ ਫੇਰ ਤਸੀਂ ਗਾਂ ਦੀ ਗਾਂ ਉਹ ਕਹਿੰਦਾ ਟਰੈਕਟਰ ਦੇ ਬਣਵਾਈਏ ਕੋ ਮੈਂ ਉਹਨੂੰ ਨਾਜਾਇਜ਼ ਕਰਨਾ ਮੈਂ ਹਾਂ ਰਹਿਣ ਦੇ ਤੂੰ ਕੋਈ ਗੱਲ ਨਹੀਂ ਮੈਂ ਦੇ ਕੁਦਤੀ ਉਹਦੇ ਕੋ ਨੰਬਰ ਲਿਆ ਹਾਂਜੀ ਹੁਣ ਤੇ ਮੈਂ ਤੇ ਬੜੇ ਚੇਰੇ ਨਹੀਂ ਜੋ ਕਰ ਮੈਂ ਬਹੁਤੀ ਬੁਕਾਹਣਾ ਬੈਠਾ ਕਰ ਪਹੁੰਚਣਾ ਤੁਸੀਂ ਕਰੋ ਜਿਹੜੀ ਕਰਨੀ ਹੈ ਕਰੋ ਤੁਸੀਂ ਡਰਾਉਂਦੇ ਹੋ ਡਰ ਜਾਗੀ ਤਾਂ ਤੇਰਾ ਆਈ ਵੇ ਤੇ ਪਿੰਡ ਆ ਫਿਰ ਨਹੀਂ ਪਿੰਡ ਮੈਂ ਆ ਫੜ ਕੇ ਬਹੋਰ ਆਇਆ ਪਿੰਡ ਮੈਂ ਆ ਆ ਪਿੰਡ ਠੀਕ ਆ ਪਰਚਾ ਵੀ ਕੈਂਸਲ ਕਰਾਉਂਗਾ ਮੈਂ ਤੁਸੀਂ ਨਜਾਇਜ਼ ਕਰੋ ਤੁਸੀਂ ਕਰੀ ਜਾਓ ਪਿੰਡ ਪਿੰਡ ਆ ਪਿੰਡ ਆ ਵੀ ਤੁਸੀਂ ਨਜਾਇਜ਼ ਹੀ ਕਰੀ ਜਾਓ ਪਿੰਡ ਆ ਫਿਰ ਦੱਸਾਂਗੇ ਫਿਰ ਗੱਲ ਕਰਾਂਗੇ ਠੀਕ ਆ ਮੈਂ ਤੇ ਡੇਰਾ ਬਾਬਾ ਨਾਨਕ ਦੀ ਪੁਲਿਸ ਦੇ ਮੱਥੇ ਨੇ ਲੱਗਦਾ ਕਰਪਟ ਪੁਲਿਸ ਹੈ ਪੂਰੀ ਤੇ ਕੋਈ ਗੱਲ ਤੂੰ ਉਹ ਜਿੱਥੇ ਜਿੱਥੇ ਤੁਸੀਂ ਜਿੱਥੋਂ ਜਿੱਥੋਂ ਲੈ ਨਾ ਸਾਰਾ ਹੁਣ ਸਾਰੀਆਂ ਚੀਜ਼ਾਂ ਇਕੱਠੀਆਂ ਕੀਤੀਆਂ ਨੇ ਮੈਂ ਕਿਤੇ ਭਲੇਖੇ ਜਣਾ ਰਿਓ ਕਿਹੜੀ ਗੱਲ ਚੰਗੇ ਪਾਉਂਗਾ ਕਿਹੜੀ ਗੱਲ ਚੰਗੇ ਪਾਉਂਗਾ ਮੈਂ ਨਹੀਂ ਬਕਵਾਸ ਕਰਨ ਦੇ ਆ ਤੇ ਤੇਰਾ ਪਹਾੜੀ ਲੈ ਕੇ ਗੱਲ ਹੋਈ ਆ ਤੇ ਤੇਰੀ ਕੋਈ ਤੇਰੀ ਮੇਰੀ ਨਹੀਂ ਆ ਮੈਂ ਮੇਰੇ ਨਾਲ ਜੋ ਹੋਇਆ ਹੋਇਆ ਘਰੇ ਆਣ ਕੇ 10000 ਰੁਪਏ ਲੈ ਆ ਲਿਆ ਜਿੰਨੇ ਲੈ ਉਹ ਜਿੰਨੇ ਲੈ ਉਹ ਜੀ ਨਾਲ ਗੱਲ ਕਰ ਮੇਰਾ ਕੀ ਗੱਲ ਕਰਨਾ ਫੇਰ ਤੁਸੀਂ ਉਹਦੇ ਕੋ ਫੋਨ ਕਰਾਇਆ ਵਾ ਸਾਮਪੂਰੀ ਵਾਲੇ ਐਸਾ ਹੀ ਕੋ ਮੈਨੂੰ 3000 ਰੁਪਏ ਚਾਹੀਦਾ ਆ ਔਨ ਰਿਕਾਰਡ ਹੈ ਨਹੀਂ ਮੈਂ ਮੇਰਾ ਤਾਂ ਗਲਤੀ ਨਹੀਂ ਹੋਈ ਕੋ ਮੇਰੇ ਨਾਲ ਫੇਰ ਤੁਸੀਂ ਕਹਿੰਦੇ ਪਰਚਾ ਵਾਕੇ ਦਿੱਤਣ ਜਾ ਜਾ ਨਹੀਂ ਜਿੱਥੇ ਜਿੱਥੇ ਘਰੇ ਲੋਕਾਂ ਦੇ ਜਾਣਦੇ ਜਿੱਥੋਂ ਜਿੱਥੋਂ ਪੈਸੇ ਲੈ ਨਾ ਸਾਰੀਆਂ ਚੀਜ਼ਾਂ ਰਿਕਾਰਡਿੰਗੋਂ ਤੁਸੀਂ ਤੇ ਫੋਨ ਤੇ ਨਹੀਂ ਸ਼ਰਮ ਖਾਂਦੇ ਵੀ ਫੋਨ ਤੇ ਪੈਸੇ ਮੰਗ ਜਾਂਦੇ ਕੁੱ ਚਲ ਆਇਂ ਘਰ ਕਟਕਾਈ ਸ਼ਾਮ ਪ੍ਰੇਰ ਇਹਨੂੰ ਕਿਉਂ ਗਿਆ ਮੈਨੂੰ 3000 ਰੁਪਏ ਲਾ ਦੇ ਉਹ ਕੋ ਉਹਦੇ ਨਾਲ ਮੇਰੀ ਕੀ ਗੱਲ ਉਹਦੇ ਨਾਲ ਤੂੰ ਉਹਦੇ ਨਾਲ ਗੱਲ ਕਰ ਜਦੋਂ ਨਾ ਤਰੀ ਹੋਈ ਆ ਮੇਰੇ ਨਾਲ ਮੈਂ ਪੈਸਾ ਦਊਗਾ ਮੰਗਿਆ ਕਿ ਨਹੀਂ ਮੰਗਿਆ ਫਿਰ ਉਹਦੇ ਨਾਲ ਮਾਰ ਠੀਕ ਹੈ ਮੇਰੇ ਨਾਲ ਗੱਲ ਕਰਨਾ ਓਏ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਤੂੰ ਠਾਣੇ ਨਾਲ ਠਾਣੇ ਬਬੀ ਬਕਵਾਸ ਨਾ ਕਰ ਮੇਰੇ ਨਾਲ ਗੱਲ ਕਰ ਗਾਲ ਨਹੀਂ ਉਹ ਮੇਰੀ ਗੱਲ ਸੁਣ ਲੈ ਗਾਲ ਨਹੀਂ ਕੱਢਣੀ ਚੁੱਪ ਕਰ ਮੇਰਾ ਗੱਲ ਬੇਨਾ ਫੋਨ ਕਾਲ ਨਹੀਂ ਲੋੜਨੇ ਮੈਨਾਂ ਮੈਂ ਗਾਲ ਨਹੀਂ ਕੱਢਣੀ ਉਹ ਤੇਰਾ ਗਾਲ ਨਹੀਂ ਸੁਣ ਲੋੜ ਪਲੰਦਾ ਨਾ ਸਾਰਾ ਕੋ ਦਊਗਾ ਜਬ ਬਕਵਾਸ ਨਾ ਕਰ ਮੇਰੇ ਨਾਲ ਗੱ